ਦ ਕਾਲਸ ਟੀਵੀ ਦੇ ਖਰੀਓ ਮੈਂ ਰਾਹੁਲ ਕਲਾ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ ਜ਼ਿੰਦਗੀ ਦੇ ਵਿੱਚ ਖਾਦੀਆਂ ਠੋਕਰਾਂ ਚਾਹੇ ਭੁੱਲ ਜਾਈਏ ਪਰ ਉਹਨਾਂ ਠੋਕਰਾਂ ਨੇ ਤੁਹਾਨੂੰ ਕੀ ਸਿਖਾਇਆ ਇਹ ਕਦੇ ਨਾ ਭੁੱਲਿਓ ਹੁਣ ਨਜ਼ਰ ਮਾਰਾਂਗੇ ਹੈਡਲਾਈਨਸ ਤੇ ਪਛਮੀ ਗੜਬੜੀ ਦੇ ਕਾਰਨ ਅੱਜ ਪੰਜਾਬ ਦੇ ਵਿੱਚ ਮੋੜ ਪੈ ਸਕਦੀ ਹੈ بارش ਚੱਲਣਗੀਆਂ ਤੇਜ਼ ਹਵਾਵਾਂ ਤਾਪਮਾਨ ਦੇ ਵਿੱਚ ਆਵੇਗੀ ਗਰਾਵਟ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਜਾਰੀ ਕੀਤਾ ਹੋਇਆ yellow alert ਕਈ ਥਾਵਾਂ ਤੇ ਬੱਦਲ ਵੀ ਛਾਏ ਰਹਿਣਗੇ ਤੇ ਕਈ ਥਾਵਾਂ ਤੇ ਨਿਕਲੇਗੀ ਧੁੱਪ ਬੀਤੇ ਦਿਨ ਪਈ ਮੀਂਹ ਤੇ ਗੜੇਮਾਰੀ ਦੇ ਕਾਰਨ ਕਣਕ ਦੀ ਫਸਲ ਨੂੰ ਹੋਇਆ ਨੁਕਸਾਨ ਧਰਤੀ ਤੇ ਵਿਛ ਗਈ ਫਸਲ ਕਿਸਾਨਾਂ ਨੇ ਗਿਰਦਾਵਰੀ ਕਰਕੇ ਮੁਆਵਜ਼ੇ ਦੀ ਕੀਤੀ ਮੰਗ ਕਾਂਗਰਸ ਤੇ ਅਕਾਲੀ ਦਲ ਨੇ ਵੀ ਭਗਵੰਤ ਮਾਨ ਸਰਕਾਰ ਨੂੰ ਗਿਰਦਾਵਰੀ ਕਰਵਾਉਣ ਦੀ ਕੀਤੀ ਅਪੀਲ ਬਾਦਲ ਨੇ ਕਿਹਾ ਨੁਕਸਾਨੀ ਫਸਲ ਲਈ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਰਾਜਾ ਵੜਿੰਗ ਨੇ ਕਿਹਾ ਕਿਸਾਨਾਂ ਦੇ ਲਈ ਅੱਗੇ ਆਉਣ ਸੀਐਮ ਭਗਵੰਤ ਮਾਨ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਦਿੱਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਦੇਸ਼ ਭਰ ਤੋਂ ਵਿਰੋਧੀ ਧਿਰਾਂ ਦੇ ਲੀਡਰ ਪਹੁੰਚਨੇ ਸ਼ੁਰੂ ਈਡੀ ਦੀ ਕਾਰਵਾਈ ਦੇ ਖਿਲਾਫ ਸਾਰੇ ਹੋਣਗੇ ਇਕੱਠੇ ਰੈਲੀ ਤੋਂ ਪਹਿਲਾਂ ਦਿੱਲੀ ਪਹੁੰਚੀ ਪੰਜਾਬ ਦੀ ਲੀਡਰਸ਼ਿਪ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਪਹੁੰਚੇ ਸੀਐਮ ਭਗਵੰਤ ਮਾਨ ਦੇ ਸਹਰੇ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ED ਨੇ ਕੇਜਰੀਵਾਲ ਨੂੰ 21 ਮਾਰਚ ਨੂੰ ਕੀਤਾ ਸੀ ਗ੍ਰਿਫਤਾਰ 6 ਦਿਨਾਂ ਦਾ ਰਿਮਾਂਡ ਹਾਸਲ ਕਰਕੇ 28 ਮਾਰਚ ਨੂੰ ਮੁੜ 4 ਦਿਨਾਂ ਦੀ ਲਈ ਕਸਟਡੀ ਪੰਜਾਬ ਦੇ ਵਿੱਚ ਬੰਦ ਹੋਣਗੇ ਦੋ ਹੋਰ ਟੋਲ ਪਲਾਜ਼ਾ ਸੀਐਮ ਭਗਵੰਤ ਮਾਨ ਨੇ ਦਿੱਤੀ ਜਾਣਕਾਰੀ ਮੁਲਾਪੁਰ ਤੇ ਮਹਿਲ ਕਲਾ ਟੋਲ ਪਲਾਜ਼ਾ ਬੰਦ ਹੋਣਗੇ 2 ਅਪ੍ਰੈਲ ਰਾਤ 12 ਵਜੇ ਤੋਂ ਬਾਅਦ ਨਹੀਂ ਚੱਲਣਗੇ ਦੋਵੇਂ ਟੋਲ ਪੰਜਾਬ ਸਰਕਾਰ ਨੇ ਮਿਆਦ ਵਧਾਉਣ ਦੀ ਨਹੀਂ ਦਿੱਤੀ ਮਨਜ਼ੂਰੀ ਹੁਣ ਤੱਕ ਮਾਨ ਸਰਕਾਰ ਨੇ 12 ਟੋਲ ਸਟੇਟ ਦੇ ਕਰਵਾ ਦਿੱਤੇ ਨੇ ਬੰਦ ਲੱਡਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਅੱਜ ਹੋਵੇਗਾ ਵਾਧਾ ਹਰੇਕ ਵਾਹਨ ਤੋਂ 5 ਤੋਂ ਲੈ ਕੇ 10 ਰੁਪਏ ਤੱਕ ਵਾਧੂ ਵਸੂਲੇ ਜਾਣਗੇ ਇਸ ਸਾਲ ਦੇ ਵਿੱਚ ਇਹ ਤੀਸਰੀ ਵਾਰ ਹੋ ਰਹੀ ਹੈ ਵਡੋਤਰੀ ਵਧੀਆਂ ਟੋਲ ਕੀਮਤਾਂ ਅੱਜ ਦੁਪਹਿਰ 12 ਵਜੇ ਤੋਂ ਹੋਣਗੀਆਂ ਲਾਗੂ ਪੰਜਾਬ ਸਰਕਾਰ ਵੱਲੋਂ ਦੋ ਟੋਲ ਪਲਾਜ਼ਾ ਬੰਦ ਕਰਨ ਦੇ ਫੈਸਲੇ ਤੇ ਬੋਲੇ ਕੈਬਨਿਟ ਮੰਤਰੀ ਮੀਤ ਹੇਰ ਕਿਹਾ ਮਾਨ ਸਰਕਾਰ ਚ ਮਿਆਦ ਵਧਨ ਦੀ ਬਜਾਏ ਟੋਲ ਪਲਾਜ਼ੇ ਬੰਦ ਹੁੰਦੇ ਨੇ ਇਹੋ ਹੈ ਬਦਲਾ ਕੈਨੇਡਾ ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਕਰਕੇ ਗਈ ਜਾਨ ਕਰੀਬ 6 ਮਹੀਨੇ ਪਹਿਲਾਂ ਹੀ ਪਤਨੀ ਤੇ ਪੁੱਤਰ ਦੇ ਨਾਲ ਪਹੁੰਚਿਆ ਸੀ ਕੈਨੇਡਾ ਮਾਪਿਆਂ ਦਾ ਇਕਲੌਤਾ ਪੁੱਤ ਸੀ ਉਪਿੰਦਰ ਸਿੰਘ ਕੈਨੇਡਾ ਵੱਲੋਂ 28000 ਤੋਂ ਵੱਧ ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੈਨੇਡਾ ਬਾਰਡਰ ਸਰਵਿਸਿਜ਼ ਦੇ ਅੰਕੜਿਆਂ ਤੋਂ ਹੋਇਆ ਖੁਲਾਸਾ 28145 ਲੋਕਾਂ ਦੇ ਖਿਲਾਫ ਵਾਰੰਟ ਹੋਈ ਜਾਰੀ ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ ਬੀਐਸਬ ਦੇ ਨਾਲ ਸਾਂਝੇ ਆਪਰੇਸ਼ਨ ਦੇ ਦੌਰਾਨ 95 ਕਿਲੋ ਹੈਰੋਇਨ ਵੀ ਹੋਈ ਜ਼ਬ ਮੋਗਾ ਪੁਲਿਸ ਦੀ ਨਸ਼ਾ ਤਸਕਰੀ ਦੇ ਖਿਲਾਫ ਵੱਡੀ ਕਾਰਵਾਈ ਚਾਰ ਨਸ਼ਾ ਤਸਕਰਾਂ ਦੀ 2 ਕਰੋੜ 14 ਲੱਖ ਰੁਪਏ ਦੀ ਜਾਇਦਾਦ ਕਿਤੀ ਜ਼ਬ ਜਨਮ ਦਿਨ ਮੌਕੇ ਕੇਕ ਖਾਣ ਦੇ ਕਰਕੇ ਪਟਿਆਲਾ ਦੇ ਵਿੱਚ 10 ਸਾਲਾਂ ਬੱਚੀ ਦੀ ਗਈ ਜਾਨ ਮਾਪਿਆਂ ਨੇ ਆਨਲਾਈਨ ਮੰਗਾਇਆ ਸੀ ਕੇਕ ਇਸ ਨੂੰ ਖਾਣ ਦੇ ਕਰਕੇ ਪਰਿਵਾਰ ਦੇ 6 ਮੈਂਬਰ ਵੀ ਹੋਏ ਬਿਮਾਰ ਪੁਲਿਸ ਵੱਲੋਂ ਬੇਕਰੀ ਮਾਲਕ ਤੇ ਪਰਚਾ ਦਰਜ ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਵਿੱਕੀ ਗੌਂਦਰ ਗੈਂਗ ਦੇ ਚਾਰ ਸਾਥੀਆਂ ਨੂੰ ਕੀਤਾ ਕਾਬੂ ਗ੍ਰਿਫਤਾਰ ਇਹਨਾਂ ਦੇ ਕੋਲੋਂ 6 ਪਿਸਟਲ 2 ਕਾਰਤੂਸ ਤੇ 6 ਮੈਗਜ਼ੀਨ ਵੀ ਹੋਈਆਂ ਬਰਾਮਦ ਭਾਜੀਪੀ ਚ ਸ਼ਾਮਲ ਹੋਏ ਰਿੰਕੂ ਤੇ ਸ਼ੀਤਲ ਅੰਗੁਰਾਲ ਤੇ ਐਕਸ਼ਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਰਿੰਕੂ ਤੋਂ ਚਾਰ ਕਮਾਂਡੋ ਤੇ ਪਾਇਲਟ ਗੱਡੀ ਵਾਪਸ ਲਈ ਰਿੰਕੂ ਤੇ ਸ਼ੀਤਲ ਅੰਗੁਰਾਲ ਨੇ ਅਮਿਤ ਸ਼ਾਹ ਨੂੰ ਮਿਲ ਕੇ ਚੁੱਕੀ ਸੀ ਸੁਰੱਖਿਆ ਦੀ ਮੰਗ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀ ਸ਼ਿਕਾਇਤ ਤੇ ਲੁਧਿਆਣਾ ਤੇ ਜਲਾਲਾਬਾਦ ਦੇ ਵਿੱਚ ਹੋਏ ਪਰਚੇ ਦਰਜ ਸੇਵਕ ਸਿੰਘ ਨਾਮ ਦੇ ਵਿਅਕਤੀ ਨੇ ਗੋਲਦੀ ਕੰਬੋਜ ਤੇ ਰਜਿੰਦਰਪਾਲ ਕੌਰ ਛਿਨਾ ਨੂੰ ਫੋਨ ਕਰਕੇ ਭਾਜਪਾ ਜੁਆਇਨ ਕਰਨ ਦੇ ਲਈ ਕਿਹਾ ਸੀ ਇਸ ਬਦਲੇ 20 ਤੋਂ 25 ਕਰੋੜ ਰੁਪਏ ਦੀ ਕੀਤੀ ਸੀ ਪੇਸ਼ਕਸ਼ ਲੋਕ ਸਭਾ ਚੋਣਾਂ ਦੇ ਲਈ ਟਿਕਟ ਦੇਣ ਦਾ ਵੀ ਕੀਤਾ ਸੀ ਵਾਦਾ ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਵਿੱਚ ਵਾਪਰਿਆ ਭਿਆਨਕ ਦਰਦਨਾਕ ਹਾਸਾ ਗੈਸ ਸਿਲੰਡਰ ਫਟਣ ਦੇ ਕਰਕੇ ਮਹਿਲਾ ਤੇ ਤਿੰਨ ਬੱਚਿਆਂ ਦੀ ਹੋਈ ਮੌਤ ਗੈਸ ਤੇ ਚਾਹ ਬਣਾ ਰਹੀ ਸੀ ਔਰਤ ਸਾਬਕਾ ਪੀਐਮ ਪੀਵੀ ਨਰਸੀਮਾ ਰਾਓ ਭਾਰਤ ਰਤਨ ਦੇ ਨਾਲ ਸਨਮਾਨਿਤ ਮਰਨ ਉਪਰੰਤ ਮਿਲਿਆ ਭਾਰਤ ਰਤਨ ਪੁੱਤ ਪੀਵੀ ਪ੍ਰਵਾਕਰ ਰਾਓ ਨੇ ਰਾਸ਼ਟਰਪਤੀ ਮੁਰਮੂ ਤੋਂ ਪ੍ਰਾਪਤ ਕੀਤਾ ਸਨਮਾਨ ਉੱਗੇ ਖੇਤੀ ਵਿਗਿਆਨੀ ਡਾਕਟਰ ਐਮਐਸ ਸੁਆਮੀਨਾਥਨ ਭਾਰਤ ਰਤਨ ਦੇ ਨਾਲ ਸਨਮਾਨਿਤ ਮਰਨ ਉਪਰੰਤ ਮਿਲਿਆ ਡਾਕਟਰ ਦੀਤੀ ਨੇ ਰਾਸ਼ਟਰਪਤੀ ਮੁਰਮੂ ਤੋਂ ਪ੍ਰਾਪਤ ਕੀਤਾ ਇਹ ਸਨਮਾਨ ਸਾਬਕਾ ਪੀਐਮ ਚੌਧਰੀ ਚਰਨ ਸਿੰਘ ਭਾਰਤ ਰਤਨ ਦੇ ਨਾਲ ਹੋਏ ਸਨਮਾਨਿਤ ਮਰਨ ਉਪਰੰਤ ਇਹਨਾਂ ਨੂੰ ਵੀ ਮਿਲਿਆ ਪੁਰਸਕਾਰ ਪੋਤੇ ਜੈਨਤ ਚੌਧਰੀ ਨੇ ਰਾਸ਼ਟਰਪਤੀ ਮੁਰਮੂ ਤੋਂ ਸਨਮਾਨ ਕੀਤਾ ਹਾਸਲ ਹੈਡਲਾਈਨਸ ਦੇ ਵਿੱਚ ਨਾ ਹੀ ਮੈਨੂੰ ਇਜਾਜ਼ਤ ਧੰਨਵਾਦ